स्वागत है ਤੁਹਾਡਾ ਪਨੇਸਰ ਬਲੌਗਸ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਲਾਮ ਜੀ, ਨਮਸਤੇ ਜੀ। ਮੈਂ ਬੱਬੂ ਪਨੇਸਰ ਤੁਹਾਡਾ ਸਵਾਗਤ ਕਰਦਾ ਹਾਂ ਪਨੇਸਰ ਬਲੌਗ ਦੇ ਵਿੱਚ। ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਉਹ ਹੈਗੀ ਇੱਕ ਮੇਰੇ ਨਾਲ ਵਾਕਿਆ ਹੋਇਆ ਸੀ। ਮੈਂ ਕਾਫੀ ਦੇਰ ਤੋਂ ਇਹ ਵੀਡੀਓ ਬਣਾਉਣਾ ਚਾਹੁੰਦਾ ਸੀ ਅਤੇ ਚਲੋ ਅੱਜ ਮੈਂ ਬਣਾ ਰਿਹਾ ਹਾਂ। ਅਤੇ ਇੱਕ ਮੇਰੇ ਨਾਲ ਵਾਕਿਆ ਹੋਇਆ ਸੀ, ਮੈਂ ਮਲੇਸ਼ੀਆ ਗਿਆ ਸੀ ਅੱਜ ਤੋਂ 4 ਸਾਲ ਪਹਿਲਾਂ ਘੁੰਮਣ ਫਿਰਨ ਲਈ, ਕਿਉਂਕਿ ਕਾਫੀ ਸਾਲਾਂ ਦੇ ਬਾਅਦ ਮੈਂ ਗਿਆ ਸੀ, ਹਵਾਈ ਯਾਤਰਾ ਕੀਤੀ ਸੀ। ਮੈਂ ਕਾਫੀ ਸਾਲ ਗਿਆ ਹੀ ਨਹੀਂ, ਪਹਿਲਾਂ ਮੈਂ ਆਸਟ੍ਰੇਲੀਆ ਸੀਗਾ ਉਸ ਟਾਈਮ ਜਦੋਂ ਆਸਟ੍ਰੇਲੀਆ ਤੋਂ ਆਇਆ ਸੀ, ਉਹ ਤੋਂ ਬਾਅਦ ਮੈਂ ਕਦੇ ਹਵਾਈ ਯਾਤਰਾ ਕੀਤੀ ਨਹੀਂ ਸੀ। ਫਸਟ ਟਾਈਮ ਮੈਂ ਫਿਰ ਮਲੇਸ਼ੀਆ ਗਿਆ ਸੀ, ਅਸੀਂ 7 ਦਿਨ ਦਾ ਟੂਰ ਸੀ। ਮੇਰੇ ਨਾਲ ਮੇਰਾ ਦੋਸਤ ਸੀ ਟੋਨੀ, ਤੁਸੀਂ ਕਾਫੀ ਵੀਡੀਓ 'ਚ ਦੇਖਿਆ ਹੋਣਾ ਟੋਨੀ ਨੂੰ, ਅਤੇ ਅਸੀਂ ਅੰਮ੍ਰਿਤਸਰ ਤੋਂ ਗਏ ਸੀ ਮਲੇਸ਼ੀਆ ਨੂੰ। ਉੱਥੇ ਮੇਰੇ ਨਾਲ ਇੱਕ ਵਾਕਿਆ ਹੋਇਆ ਸੀ ਬੜਾ ਦਿਲਚਸਪ, ਮੇਰੀ ਜ਼ਿੰਦਗੀ ਦਾ ਕਾਫੀ ਯਾਦਗਾਰੀ ਵਾਕਿਆ ਆ ਉਹ, ਅਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਅਤੇ ਉਹ ਵੀ ਮੈਂ ਤੁਹਾਨੂੰ ਵਾਕਿਆ ਵੀ ਦੱਸਦਾ ਹਾਂ। ਅਸੀਂ ਅੰਮ੍ਰਿਤਸਰ ਤੋਂ ਚੜ੍ਹੇ ਸੀ ਮਲੇਸ਼ੀਆ ਲਈ, ਅਤੇ ਸਾਡੀ ਸਟੇਅ ਸੀਗੀ ਕੁਆਲਾਲੰਪਰ ਹੋਟਲ ਡੋਲਫਿਨ ਦੇ ਵਿੱਚ। ਫਸਟ ਡੇ ਤਾਂ ਅਸੀਂ ਕਿਤੇ ਗਏ ਨਹੀਂ, ਉਹ ਤੋਂ ਬਾਅਦ ਸੈਕਿੰਡ ਡੇ ਸਾਡਾ ਸੀਗਾ ਸਿਟੀ ਟੂਰ। ਸਿਟੀ ਟੂਰ ਦੇ ਵਿੱਚ ਨਾ ਸਾਰੇ ਜਿੰਨੀਆਂ ਵੀ ਉੱਥੇ ਕੁਆਲਾਲੰਪਰ ਦੀਆਂ ਦੇਖਣ ਵਾਲੀਆਂ ਜਗ੍ਹਾ ਸੀਗੀਆਂ, ਅਟਰੈਕਸ਼ਨ ਜਿਹੜੇ ਸੀ ਸਾਰੇ ਦਿਖਾਉਣੇ ਸੀ ਉਹਨੇ। ਅਤੇ ਫਸਟ ਅਸੀਂ ਸਭ ਤੋਂ ਪਹਿਲਾਂ ਜਿਹੜਾ ਅਟਰੈਕਸ਼ਨ ਸੀਗਾ ਉਹ ਸੀਗਾ ਰਾਜੇ ਦਾ ਮਹਿਲ। ਰਾਜੇ ਦੇ ਮਹਿਲ ਦੇ ਅੰਦਰ ਤਾਂ ਐਂਟਰੀ ਹੈ ਨਹੀਂ ਸੀ, ਬਟ ਉਹ ਸਾਰੇ ਜਿਹੜੇ ਗੇਟ ਦੇ ਕੋਲ ਸਾਰੇ ਖੜ੍ਹੇ ਹੋ ਕੇ ਫੋਟੋ ਵਗੈਰਾ ਖਿਚਾਉਂਦੇ ਸੀ। ਅਤੇ ਉੱਥੇ ਕਾਫੀ ਦੂਰੋਂ ਦੂਰੋਂ ਮਤਲਬ ਟੂਰਿਸਟ ਆਏ ਹੋਏ ਸੀ, ਕੋਈ ਚਾਈਨਾ ਵਾਲੇ ਜਾਂ ਇੰਡੀਆ ਤੋਂ ਵੀ ਕਾਫੀ ਆਏ ਹੋਏ ਸੀ, ਦੂਰੋਂ ਦੂਰੋਂ ਸਾਰੇ ਆਏ ਸੀ ਮਲੇਸ਼ੀਆ ਦੇ ਵਿੱਚ। ਅਤੇ ਉੱਥੇ ਵੀ ਅਸੀਂ ਖੜ੍ਹ ਕੇ ਫੋਟੋ ਫੋਟੋ ਖਿਚਾ ਰਿਹਾ ਸੀ। ਜਿਹੜੇ ਮਲੇਸ਼ੀਆ ਦੇ ਅਸਲੀ ਵਾਸੀ ਹੈ ਨਾ ਉਹਨਾਂ ਨੂੰ ਭੂਮੀ ਪੁੱਤਰ ਕਹਿੰਦੇ ਆ, ਅਤੇ ਜਿਹੜੇ ਮਲੇਸ਼ੀਆ 'ਚ ਬਾਹਰੋਂ ਵਸੇ ਹੋਏ ਚਾਈਨਾ ਵਾਲੇ ਕਾਫੀ ਵਸੇ ਹੋਏ ਉੱਥੇ, ਵੈਸੇ ਜਿਹੜੇ ਉੱਥੇ ਦੇ ਵਾਸੀ ਉਹਨਾਂ ਨੂੰ ਭੂਮੀ ਪੁੱਤਰ ਕਹਿੰਦੇ ਆ। ਉਹ ਮੇਰੇ ਕੋਲ ਆਏ ਤਾਂ ਉਹਨੀ ਕਿਹਾ ਵੀ ਮੈਨੂੰ ਇੱਦਾਂ ਲੱਗਿਆ ਵੀ ਉਹ ਕਹਿੰਦੇ ਆ ਵੀ ਸਾਡੀ ਫੋਟੋ ਖਿੱਚ ਦੇ। ਮੈਂ ਕਿਹਾ ਵੀ ਮੈਂ ਫੋਟੋ ਖਿੱਚਦਾ ਨਾਲ, ਕਹਿੰਦੇ ਨਹੀਂ। ਉਹਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੇਰੇ ਨਾਲ ਫੋਟੋ ਖਿਚਾਉਣੀ ਚਾਹੁੰਦੇ ਹਾਂ। ਮੈਂ ਕਾਫੀ ਹੈਰਾਨ ਹੋ ਗਿਆ, ਮੈਂ ਕਿਹਾ ਯਾਰ ਮੇਰੇ ਨਾਲ ਕਾਹਦੀ ਫੋਟੋ ਖਿਚਾਉਣੀ ਚਾਹੁੰਦੇ, ਮੈਂ ਅਨਨਾਊਨ ਪਰਸਨ, ਮੇਰੇ ਨਾਲ ਕਿਉਂ ਖਿਚਾਉਣੀ ਚਾਹੁੰਦੇ ਆ ਫੋਟੋ? ਅਤੇ ਬਾਅਦ ਵਿੱਚ ਉਹਨੇ ਮੇਰੇ ਨਾਲ ਫੋਟੋ ਖਿਚਾਈ, ਅਤੇ ਵੀ ਇਕੱਲੇ ਇਕੱਲੇ ਨੇ ਸੈਲਫੀਆਂ ਵੀ ਲਈਆਂ। ਅਤੇ ਆ ਫੋਟੋ ਮੈਂ ਤੁਹਾਨੂੰ ਦਿਖਾਉਣਾ ਹੈ, ਫੋਟੋ ਦੇਖਿਓ। ਇਹ ਨਾਲ ਖੜ੍ਹੇ ਆ ਜਿੰਨੇ ਵੀ ਭੂਮੀ ਪੁੱਤਰ ਜਾਂ ਮਲੇਸ਼ੀਆ ਦੇ ਵਾਸੀ ਕਹਿ ਸਕਦੇ ਹਾਂ। ਇਹ ਤਾਂ ਮੈਂ ਬਾਅਦ ਵਿੱਚ ਗੂਗਲ ਸਰਚ ਕੀਤਾ ਵੀ ਕੀ ਹੈ ਨਾਮ ਇਹਨਾਂ ਦਾ। ਅਤੇ ਉਹ ਫਿਰ ਫੋਟੋ ਖਿਚਾਉਣ ਤੋਂ ਬਾਅਦ ਨਾ ਉਹਨੀ ਮੇਰੇ ਨਾਲ ਹੈਂਡਸ਼ੇਕ ਕੀਤਾ ਅਤੇ ਬੜੀ ਖੁਸ਼ ਹੋਏ, ਮੇਰੇ ਨਾਲ ਗਲੇ ਮਿਲ ਕੇ ਗਏ ਆ। ਮੇਰਾ ਦੋਸਤ ਸੀਗਾ ਟੋਨੀ, ਉਹਨੇ ਫੋਟੋ ਖਿੱਚ ਲਈ ਸੀ, ਪਰ ਅਨਫੋਰਚੁਨੇਟਲੀ ਅਸੀਂ ਵੀਡੀਓ ਨਹੀਂ ਬਣਾ ਸਕੇ ਉਸ ਟਾਈਮ, ਕਿਉਂਕਿ ਸਾਨੂੰ ਐਡਾ ਕੋਈ ਸਾਡੇ ਦਿਮਾਗ 'ਚ ਹੈ ਨਹੀਂ ਸੀ, ਐਕਸਪੀਰੀਅੰਸ ਵੀ ਨਹੀਂ ਸੀਗਾ ਵੀ ਬਲੌਗ ਵਗੈਰਾ ਬਣਾਉਣ ਦਾ। ਅਸੀਂ ਨੋਰਮਲ ਜਿਹਾ ਵੈਸੇ ਹੀ ਵੀਡੀਓ ਬਣਾਈ, ਮੈਂ ਯੂਟਿਊਬ 'ਤੇ ਵੀ ਪਾਈ ਹੋਈ ਹੈ ਮਲੇਸ਼ੀਆ ਟੂਰ ਦੀਆਂ। ਕੁਆਲਿਟੀਆਂ ਵਧੀਆ ਨਹੀਂ, ਸਾਨੂੰ ਕੋਈ ਇੰਨੀ ਗੱਲਬਾਤ ਹੈ ਨਹੀਂ ਸੀ, ਸਾਨੂੰ ਪਤਾ ਨਹੀਂ ਹੁੰਦਾ ਸੀ ਬਲੌਗਿੰਗ ਕਿੱਦਾਂ ਕਰਨੀ ਹੈ। ਫਸਟ ਟਾਈਮ ਅਸੀਂ ਸ਼ੁਰੂ ਕੀਤਾ ਸੀਗਾ, ਵੀਡੀਓ ਕੈਮਰਾ ਲੈ ਗਿਆ, ਥੋੜ੍ਹੇ ਬਹੁਤੇ ਸ਼ੋਟ ਲਏ ਸੀ। ਅਤੇ ਉਹ ਗੱਲ ਮੇਰੇ ਬਾਅਦ ਵਿੱਚ ਸਮਝ ਆਈ ਵੀ ਇਹ ਮੇਰੇ ਨਾਲ ਫੋਟੋ ਕਿਉਂ ਖਿਚਾ ਰਹੇ ਆ। ਫਿਰ ਮੈਨੂੰ ਪਤਾ ਲੱਗਾ ਵੀ ਜਿਹੜਾ ਕੁਆਲਾਲੰਪਰ ਦਾ ਪੁਲਿਸ ਦਾ ਕਮਿਸ਼ਨਰ ਹੈ ਉਹਦਾ ਨਾਮ ਅਮਰ ਸਿੰਘ ਹੈ, ਅਤੇ ਸਿੱਖ ਬੰਦਾ ਹੈ ਸਰਦਾਰ ਪਗੜੀ ਵਾਲਾ। ਅਤੇ ਹੁਣ ਤਾਂ ਉਹ ਮੇਰੇ ਖਿਆਲ ਰਿਟਾਇਰ ਹੋ ਗਏ ਆ, ਉਸ ਟਾਈਮ ਸੀਗੇ। ਅਤੇ ਬਹੁਤ ਜ਼ਿਆਦਾ ਪੁਲਿਸ ਵਾਲੇ ਮਲੇਸ਼ੀਆ ਦੇ ਵਿੱਚ ਸਰਦਾਰ ਹੈ ਪੰਜਾਬੀ ਕਮਿਊਨਿਟੀ ਨਾਲ, ਕਿਉਂਕਿ ਇਹ ਅੰਗਰੇਜ਼ਾਂ ਦੇ ਟਾਈਮ ਦੇ ਅੱਜ ਤੋਂ 100 ਸਾਲ ਪਹਿਲਾਂ ਦੇ ਗਏ ਹੋਏ ਆ ਮਲੇਸ਼ੀਆ। ਸਿੱਧੇ ਇੱਥੋਂ ਪੁਲਿਸ ਗਈ ਸੀ, ਜਿਹੜੀ ਗੋਰੇ ਸੀਗੇ ਨਾ ਉਹ ਪੰਜਾਬੀਆਂ ਨੂੰ ਐਜ਼ ਏ ਪੁਲਿਸ ਦੇ ਲਈ ਲੈ ਕੇ ਗਏ ਸੀ, ਪੁਲਿਸ 'ਚ ਭਰਤੀ ਕੀਤੇ ਸੀ ਉਹਨੇ ਸਾਰੇ। ਉਸ ਟਾਈਮ ਤੋਂ ਕਾਫੀ ਸਿੱਖ ਪੁਲਿਸ 'ਚ ਹੈ, ਇਕੱਲੇ ਹੁਣ ਪੁਲਿਸ 'ਚ ਨਹੀਂ, ਹੁਣ ਵੀ ਹੋਰ ਵੀ ਕਈ ਬਿਜ਼ਨਸ ਕਰ ਰਹੇ ਆ। ਕਾਫੀ ਕਮਿਊਨਿਟੀ ਦੀ ਇੱਜ਼ਤ ਹੈ ਉੱਥੇ ਸਿੱਖ ਕਮਿਊਨਿਟੀ ਦੀ। ਅਤੇ ਫਿਰ ਮੈਨੂੰ ਲੱਗਿਆ ਵੀ ਇਸੇ ਕਰਕੇ ਮੇਰੇ ਕਰਕੇ ਨਹੀਂ ਮੇਰੇ ਨਾਲ ਫੋਟੋ ਖਿਚਾ ਰਹੇ ਸੀ, ਇਹ ਸਿਰਫ ਜਿਹੜੀ ਸਿੱਖ ਕਮਿਊਨਿਟੀ ਹੈ ਮਲੇਸ਼ੀਆ ਦੇ ਵਿੱਚ ਉਹਦੀ ਇੱਜ਼ਤ ਕਰਕੇ, ਉਹਨਾਂ ਦੀ ਜੋ ਉਹਨਾਂ ਦੀ ਵੈਲਿਊ ਹੈ ਉੱਥੇ ਉਹਦੇ ਕਰਕੇ ਮੇਰੇ ਨਾਲ ਫੋਟੋ ਖਿਚਾ ਰਹੇ ਸੀ। ਅਤੇ ਇਹ ਮੇਰੀ ਆ ਪੱਗ ਕਰਕੇ ਫੋਟੋ ਖਿਚਾ ਰਹੇ ਸੀ, ਮੇਰੀ ਕੋਈ ਵੈਲਿਊ ਨਹੀਂ ਸੀ, ਇਹ ਮੇਰੀ ਪੱਗ ਦੀ ਵੈਲਿਊ ਸੀ। ਅਤੇ ਮੈਨੂੰ ਬੜਾ ਵਧੀਆ ਲੱਗਾ ਹੈਗਾ ਯਾਰ। ਮੈਂ ਟੋਨੀ ਨੂੰ ਕਿਹਾ, ਮੈਂ ਕਿਹਾ ਟੋਨੀ ਯਾਰ ਫਸਟ ਡੇ ਆਏ ਅਸੀਂ ਮਲੇਸ਼ੀਆ, ਆ ਕੇ ਸੈਲੀਬ੍ਰਿਟੀ ਬਣ ਗਏ, ਲੁੱਕ ਜਿਹੜੇ ਬੰਦੇ ਜਾਣਦੇ ਵੀ ਨਹੀਂ ਉਹ ਵੀ ਸਾਡੇ ਨਾਲ ਫੋਟੋ ਖਿਚਾ ਰਹੇ ਆ। ਅਤੇ ਅੱਜ ਕੱਲ੍ਹ ਟੋਨੀ ਪੱਗ ਨਹੀਂ ਬੰਨਦਾ, ਉਹ ਕਹਿੰਦਾ ਮੈਂ ਤਾਂ ਮੇਰੇ ਨਾਲ ਤਾਂ ਕਹਿੰਦਾ ਕਿਸੇ ਨੇ ਖਿਚਾਉਣੀ ਨਹੀਂ। ਮੈਂ ਕਿਹਾ ਤੂੰ ਤੇਰੇ ਨਾਲ ਕਿੱਥੋਂ ਖਿਚਾਉਣੀ ਹੈ, ਜਾਂ ਤਾਂ ਪੱਗ ਬੰਨ ਕੇ ਆਉਂਦਾ ਫਿਰ ਤਾਂ ਜ਼ਰੂਰ ਖਿਚਵਾ ਦੇ। ਅਤੇ ਇੱਦਾਂ ਦਾ ਮੇਰੇ ਨਾਲ ਵਾਕਿਆ ਹੋਇਆ, ਮੈਨੂੰ ਸਾਰੀ ਜ਼ਿੰਦਗੀ ਮਤਲਬ ਭੁੱਲਦਾ ਨਹੀਂ ਹੈਗਾ ਇਹੋ।
मैं ना इस बारे जिहड़ा मेरे नाल वाकया होया सी, मैं इस बारे फेसबुक ते एक पोस्ट भी पाई सी, काफ़ी शेयर हुई सी पोस्ट मेरी। बाकी मैनू ना इस वाकये तो बाद पता लगा कि मेरी ये पगड़ी नू सलामा आया। मैनू ये एहसास होया कि पगड़ी की किन्नी अहमियत है। सो दोस्तों, तुहाडे नाल भी कई इहो जिहे वाकयात होए होने हैं, तो जरूर होए होने हैं, तो ये मैं अपना जो शेयर तुहाडे नाल कर रहा हाँ। तो काफ़ी माण महसूस होंदा है कि एक सिख सरदार बंदा अमर सिंह, पुलिस कमिश्नर है मलेशिया दी राजधानी कुआलालंपुर दा। उस तो बाद असी सिटी टूर तो बाद फिर नेक्स्ट डे असी होर शहर दे विच मलेशिया च घूमे फिरे, देखे वगैरह, उत्थे कई कुछ देखने वाला है। तो उस तो अगले दिन फिर असी बस की टिकट लेके उत्थों, तो असी एक मलेशिया के साउथ के एक शहर है, बंदरगाह ही है, मलाका इदा कुछ, मलैका या मलाका इदा कुछ नाम तो कहते सी, उत्थे गए सी। उत्थे काफ़ी पुरानिया देखने वाली जगह सी। मैनू उत्थे का ट्रांसपोर्ट वाला सिस्टम बहुत वधिया लगा, शहर का कुआलालंपुर का ठीक सी, वधिया सी। असी जदों मलैका गए हैं तो असी बस फड़ी सी बस टर्मीनल तो कुआलालंपुर तो। मैं जदों उत्थे बैठा भी सगा ना, मैनू 5-7 बंदे इदा सलाम करके गए है। तो वो सिर्फ मैनू उस टाइम तो पता लग गया कि मैंने सलाम क्यों करते हैं, सरदार होने का ये फायदा भी है। तो मेरे नाल मुंडे सके एक बैठे हुए, मैं तुम्हें फोटो दसदा हाँ, अच्छा फोटो भी खिंची सी उसके, बांग्लादेश के। वो काफ़ी सानू हाथ मिलाने लग पाए, मेरे मैनू मिल के मेरे नाल बैठ गए, कहते तुसी पंजाब तो हो, जानते सी पंजाब तो है। मैं कितने चलिए, कहते असी मलाइका चले, वो साढ़े नाले गए सी। तो काफ़ी गल्ला बातें करते रहे हो, तो थोड़ी बहुती माड़ी माड़ी हिंदी भी जानते सी वैसे, तो थोड़ी बहुत इंग्लिश करते रहे गलबात। मलैका असी सारा घूमया उत्थे, असी उत्थे एक किला सगा बहुत पुराना पुर्तगालिया का ही किला सी, वो देखिया। तो उतो बाद उत्थे जिहड़ा रात नू एक मार्केट है लगती है, वो काफ़ी रात तक शाम को शुरू होंदी है, वो बहुत उत्थे रश हुंदा है, वो बहुत सोहना, वो बहुत देखण वाली सी, देखण योग सी, वो देखी। ते एक दो चीज़ा होर देखिया, एक गुरद्वारा साहब है मलैका का, वो तकरीबन 1925 का बनया हुआ है। गुरद्वारा साहब वाले ने साडा बहुत वधिया वेलकम किया, शाम को असी उन्हें स्पैशली कहा कि तुसी होटल नहीं सी लेना, तुसी साडे कोल आके सीधा ठहरना सी, असी तुहाडे लई इत्थे गुरद्वारा साहब च रह लैंदे तुसी। तो चलो कोई गल नहीं, असी पहले बुकिंग कर ली सी होटल की। तो गुरद्वारा साहब भी बहुत सोहना बनाया हुआ है, तो बहुत वधिया बंदे है उत्थे भी। तो उस तो बाद फिर असी आ गए सके दोबारा, फिर कुआलालंपुर आ गए सी। फिर असी कुआलालंपुर के विच होर एक दो जगह देखने वाली सी, एक साउथ इंडियन मंदिर है, नाम मैंने हुण चेते भुल गया, बाटू केव्स है, हाँ बाटू केव्स है उत्थे, उत्थे है मंदिर। तो उत्थे पुरानियां गुफावां है, उत्थे गुफावां दे विच उत्थे मंदिर है, तो वह भी वधिया देखने वाली जगह है। वो भी असी इतनी बसा बुसा लैके ट्रांसपोर्ट जी, उत्थे दी पब्लिक ट्रांसपोर्ट है उसके थ्रू असी जंत घूमते रहे। तो मलेशिया असी बहुत इंजॉय किया, दो जने से असी काफ़ी वधिया इंजॉय किया। होर इतने एक होर गल है, एक होर चीज़ नवी उत्थे हुई सी मेरे नाल, एक ना उत्थे स्कैमर जिहड़े हुंदे आ ना, स्कैमर समझ लो जां नौसरवाज पंजाबी च कहते हैं, उन्होंने तो बचना चाहिए है। तुसीं टूरिस्ट स्कैम हो जाता कई बार, साढ़े नाल दो बारी होने की कोशिश हुई, पर सानू पता सगा इस बारे तो असी थोड़े अलर्ट से। जिदा असी ना घूम रहे से कुआलालंपुर च, तो एक लेडीज़ आई, एक उहदे नाल मुंडा जंग जिहा आया, उन्हें सिर्फ सानू एक ये गल कही आ कि तुसीं इंडिया तो, बड़े फ्रेंडली साढ़े नाल गल करन लग पाए, कहिंदे तुसीं इंडिया तो है, बहुत वधिया हाथ मिलाया सारे दोनों ने साढ़े नाल, कहिंदे इंडिया दे विच नवे नोट निकले है, मोदी ने नवे नोट लॉन्च किए है, बहुत सोहने नोट है, मैं सुनिया करंसी बहुत सोहनी बनी है, तुसीं सानू करंसी दिखा सकते हैं। मैं क्या, मैनू तो पता लग गया कि ये नौसरवाज है, ये करंसी क्यों देखना चाहते है। मेरे दिमाग जद ठणकिया, मैं नाल दे अपने दोस्त नू भी दस पहले अलर्ट किया, मैं कहा बटुआ नहीं कढ़ना आपां, मैं कहा भी मैं उन्होंने एक गल कही भी साढ़े को इंडियन करंसी है ही नहीं, तो इस करके दिखाने का तुहानू कोई फायदा नहीं है, असी इंडियन करंसी लिया ही नहीं, इतनी इंडियन करंसी चलनी ही नहीं। कहते एक अद्धा नोट तो होना ही है, मैं कहा नहीं हैगी।
ਉਹ ਫਿਰ ਫਿਰ ਕਰੀ ਜਾਂਦੇ ਕਿ ਨਹੀਂ ਫਿਰ ਵੀ ਦੇਖੋ ਪਰਸ ਖੋਲ ਕੇ ਕਹਿੰਦੇ ਦੇਖੋ ਹੁਣ ਆਇਆ ਅਸੀਂ ਐ ਅਸੀਂ ਬਹੁਤ ਐਕਸਾਈਟਡ ਹੈ ਇੰਡੀਅਨ ਕਰੰਸੀ ਦੇਖਣ ਲਈ। ਮੈਂ ਕਿਹਾ ਫਿਰ ਮੈਂ ਸਪੈਸ਼ਲ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਬਿਲਕੁਲ ਨਹੀਂ ਲੈ ਕੇ ਆਏ ਸੋਰੀ ਇੰਨਾ ਕਹਿ ਕੇ ਅਸੀਂ ਚਲੇ ਗਏ। ਜਦ ਅਸੀਂ ਦੇਖਿਆ ਉਹਨਾਂ ਨੂੰ ਉਹ ਇੱਕਦਮ ਇੱਕ ਜਿਹੜੀ ਕੋਲ ਨਾਲੇ ਹੈ ਨਾ ਜਿੱਥੇ ਅਸੀਂ ਖੜ੍ਹੇ ਸੀ ਨਾਲੇ ਇੱਕ ਛੋਟੀ ਜਿਹੀ ਗਲੀ ਸੀ ਐਲੀਵੇ ਜਿਹਾ ਸਭ ਉੱਥੇ ਗੱਡੀ ਲਾਈ ਸੀ ਬੰਦਾ ਇੱਕਦਮ ਉਹ ਗੱਡੀ 'ਚ ਬੈਠੇ ਜਦੇ ਰਫੂ ਚੱਕਰ ਹੋ ਗਿਆ। ਮੈਂ ਉਹ ਨਾਲ ਦੇ ਬੰਦੇ ਨੂੰ ਆਪਣੇ ਨਾਲ ਦੇ ਦੋਸਤ ਨੂੰ ਟੋਨੀ ਨੂੰ ਕਿਹਾ ਮੈਂ ਕਿਹਾ ਜੇ ਅਸੀਂ ਪਰਸ ਕੱਢਦੇ ਇਹਨੀ ਝਪੱਟਾ ਮਾਰ ਕੇ ਸਾਡਾ ਪਰਸ ਖੋ ਕੇ ਗੱਡੀ 'ਚ ਬੈਠ ਕੇ ਉੱਡਣ ਸ਼ੁਰੂ ਹੋ ਜਾਣਾ ਸੀ। ਇਸ ਤਰ੍ਹਾਂ ਦੇ ਜਿਹੜੇ ਨੌਸਰਬਾਜ਼ ਹੈ ਨਾ ਸਕੈਮਰ ਟੂਰਿਸਟ ਸਕੈਮ ਜਿਹੜੇ ਹੁੰਦੇ ਇਹਨਾਂ ਤੋਂ ਬਚਣਾ ਚਾਹੀਦਾ। ਇਹ ਮਲੇਸ਼ੀਆ 'ਚ ਸਾਡੇ ਨਾਲ ਦੂਜੀ ਵਾਰ ਵਾਟੂ ਕੇਵ 'ਚ ਵੀ ਹੋਇਆ। ਉਸ ਟਾਈਮ ਸੇਮ ਉਹੀ ਬੰਦਾ ਹੋਰ ਬੰਦਾ ਸੀ ਨਾਲ ਲੇਡੀਜ਼ ਸੀਗੀ ਉਹਦੇ ਨਾਲ ਥੋੜ੍ਹੀ ਲੇਡੀਜ਼ ਮਚਿਓਰ ਸੀ ਫਸਟ ਟਾਈਮ ਜਿਹੜੇ ਮਿਲੇ ਸੀ ਉਹ ਯੰਗ ਲੇਡੀ ਸੀ ਅਤੇ ਉਹ ਉਹਨੂੰ ਆਪਣੀ ਮਾਂ ਦੱਸਦਾ ਸੀਗਾ। ਉਹ ਸਾਡੇ ਕੋਲ ਸਪੈਸ਼ਲੀ ਆਇਆ ਕਹਿੰਦਾ ਸੇਮ ਡਾਇਲੋਗ ਬੋਲਿਆ ਇਹੀ ਵੀ ਇੰਡੀਆ 'ਚ ਨੋਟ ਨਿਕਲੇ ਆ। ਮੈਂ ਕਿਹਾ ਮੈਨੂੰ ਪਤਾ ਸੀਗਾ ਮੈਂ ਕਿਹਾ ਨਹੀਂ ਨਿਕਲੇ ਆ ਨਹੀਂ ਕਹਿੰਦੇ ਨਿਕਲੇ ਮੈਂ ਕਿਹਾ ਨਹੀਂ ਨਿਕਲੇ ਅਸੀਂ ਉਹਨੂੰ ਜਾਣ ਕੇ ਉਲਟਾ ਪੁਲਟਾ ਬੋਲਣ ਲੱਗ ਪਏ ਅਤੇ ਕਹਿੰਦਾ ਨਹੀਂ ਤੁਹਾਡੇ ਹੈਗੇ ਹੀ ਹੈ। ਮੈਂ ਕਿਹਾ ਜਦ ਹੈ ਹੀ ਨਹੀਂ ਨਹੀਂ ਨਿਕਲੇ ਸਾਨੂੰ ਨਹੀਂ ਪਤਾ ਹੀ ਨਹੀਂ ਸਾਨੂੰ ਕਹਿੰਦਾ ਤੁਸੀਂ ਇੰਡੀਆ 'ਚ ਰਹਿੰਦੇ ਹਾਂ। ਮੈਂ ਕਿਹਾ ਹਾਂਜੀ ਇੰਡੀਆ 'ਚ ਰਹਿੰਦੇ ਹਾਂ। ਮੈਂ ਕਿਹਾ ਅਸੀਂ ਨੋਟ ਚਲਾਉਂਦੇ ਹੀ ਨਹੀਂ ਅਸੀਂ ਪਲਾਸਟਿਕ ਮਨੀ ਚਲਾਉਂਦੇ ਹਾਂ ਇੰਡੀਆ 'ਚ ਅਸੀਂ ਇਹਦੇ ਜਾਣ ਕੇ ਸਾਨੂੰ ਤੰਗ ਕੀਤਾ ਇੱਦਾਂ ਹੋ ਜਾਂਦੀ ਹੈ ਇਹ ਬਚਣਾ ਚਾਹੀਦਾ ਹੈ। ਇਹ ਇਹ ਇੱਦਾਂ ਦੇ ਵਾਕਿਆ ਮੇਰੇ ਨਾਲ ਮਲੇਸ਼ੀਆ ਹੋਏ ਸੀ। ਮੈਂ ਸ਼ੇਅਰ ਤਾਂ ਹੀ ਕਰ ਰਿਹਾ ਤਾਂ ਕਿ ਵੈਸੇ ਤਾਂ ਮੈਂ ਸ਼ੇਅਰ ਉਹ ਵਾਕਿਆ ਕਰਨਾ ਚਾਹੁੰਦਾ ਸੀ ਜਿਹੜਾ ਪਹਿਲਾਂ ਮੈਂ ਤੁਹਾਨੂੰ ਵਾਕਿਆ ਸੁਣਾਇਆ ਹੈ ਮੈਂ ਉਹੀ ਸ਼ੇਅਰ ਕਰਨਾ ਚਾਹੁੰਦਾ ਸੀ। ਆਹ ਲਾਸਟ ਵਾਲੇ ਤੁਹਾਨੂੰ ਦੱਸ ਦਿੰਦਾ ਜੇ ਕੋਈ ਬੰਦ ਜਾਣਾ ਚਾਹੁੰਦਾ ਹੈ ਤਾਂ ਥੋੜ੍ਹਾ ਅਲਰਟ ਰਹੇ ਆ। ਉਸ ਤੋਂ ਬਾਅਦ ਫਿਰ ਅਸੀਂ ਸੱਤਵੇਂ ਦਿਨ ਫਿਰ ਵਾਪਸ ਆ ਗਏ ਸੀਗੇ ਅਤੇ ਸਾਡੇ ਨਾਲ ਕਾਫੀ ਅੰਮ੍ਰਿਤਸਰ ਦੀ ਫਲਾਈਟ ਸੀ ਕਾਫੀ ਇੰਡੀਅਨ ਵੀ ਸੀਗੇ ਅਤੇ ਵਿੱਚ ਕੁਛ ਮੁੰਡੇ ਵਿਚਾਰੇ ਡਿਪੋਰਟ ਹੋ ਕੇ ਵੀ ਆਏ ਉਹ ਵੀ ਸੀਗੇ ਅਤੇ ਕਾਫੀ ਗੱਲਾਂ ਬਾਤਾਂ ਉਹਨਾਂ ਦੀਆਂ ਹੋਈਆਂ। ਮੈਂ ਕੁਛ ਵੀਡੀਓਜ਼ ਪਾਏ ਵੀ ਹੈ ਮਲੇਸ਼ੀਆ ਬਾਰੇ। ਇੱਕ ਤਾਂ ਜਿਹੜੇ ਉੱਥੇ ਦੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਵਗੈਰਾ ਉਹ ਮੁੰਡੇ ਕੀ ਆ ਉੱਥੇ ਕੀ ਹੁੰਦਾ ਉਹਦੇ ਬਾਰੇ ਵੀ ਵੀਡੀਓ ਪਾਈ ਹੈ ਉਹ ਵੀ ਕਾਫੀ ਮੇਰੀ ਵਾਇਰਲ ਹੋਈ ਸੀ ਤਕਰੀਬਨ 1.5 ਲੱਖ ਵਿਊ ਹੋਇਆ ਸੀ ਉਹਦਾ ਉਸ ਵੀਡੀਓ ਦਾ ਉਸ ਟਾਈਮ। ਅਤੇ ਬਾਕੀ ਵੀਡੀਓਜ਼ ਮੇਰੀ ਇਹ ਵਲੋਗਸ ਇੰਨੇ ਅੱਛੇ ਨਹੀਂ ਸੀਗੇ ਕਿਉਂਕਿ ਮੈਂ ਇੰਨੀ ਮੈਨੂੰ ਟ੍ਰੇਨਿੰਗ ਨਹੀਂ ਸੀਗੀ ਉਸ ਟਾਈਮ ਟ੍ਰੇਨਿੰਗ ਨਹੀਂ ਕਹਿ ਸਕਦੇ ਮੇਰਾ ਐਕਸਪੀਰੀਅੰਸ ਨਹੀਂ ਸੀਗਾ ਕਿੱਦਾਂ ਬਣਾਉਣਾ। ਮੇਰੇ ਕੋਲ ਕੈਮਰਾ ਵੀ ਸਹੀ ਨਹੀਂ ਸੀਗਾ ਕੈਮਰਾ ਬੜਾ ਕੈਮਰਾ ਸੀਗਾ ਮੇਰੇ ਕੋਲ DSLR ਅਤੇ ਉਹਦੇ ਨਾਲ ਵਲੋਗਿੰਗ ਨਹੀਂ ਹੁੰਦੀ ਛੋਟੇ ਕੈਮਰਿਆਂ ਨਾਲ ਵਲੋਗਿੰਗ ਅੱਛੀ ਹੁੰਦੀ ਹੈ। ਅਤੇ ਬਾਅਦ ਵਿੱਚ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਕਿੱਦਾਂ ਹੁਣ ਜੋ ਨੈਕਸਟ ਕਿਤੇ ਜਾਵਾਂਗੇ ਆ ਤਾਂ ਕੋਵਿਡ ਕਰਕੇ ਫਸ ਗਏ ਹਾਂ ਤਾਂ ਜ਼ਰੂਰ ਬਣਾਵਾਂਗੇ ਤਾਂ ਵਧੀਆ ਜਗ੍ਹਾ 'ਤੇ ਜਾ ਕੇ ਪੂਰੀ ਨੌਲੇਜ ਨਾਲ ਹੀ ਬਣਾਵਾਂਗੇ। ਫਿਰ ਵੀ ਮੈਂ ਵੀਡੀਓ ਆਪਣੀ ਕੋਸ਼ਿਸ਼ ਅਨੁਸਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਮਲੇਸ਼ੀਆ ਵਾਲਾ ਹੀ ਮੇਰੀ ਪਲੇਲਿਸਟ ਸਰਚ ਕਰ ਸਕਦੇ ਹਾਂ ਮੇਰੀ ਵੀਡੀਓਜ਼ ਦੇ ਵਿੱਚ ਅਤੇ ਉੱਥੇ ਦੇਖ ਸਕਦੇ ਹਾਂ ਵੀ ਕੀ ਕਿੱਦਾਂ ਦੇ ਮੇਰੇ ਬਲੌਗ ਸੀ ਉਹ। ਠੀਕ ਹੈ ਅਤੇ ਬਸ ਇੰਨਾ ਕੁ ਬਲੌਗ ਸੀਗਾ ਮੇਰਾ ਅਤੇ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ। ਅਤੇ ਵੀ ਬਾਕੀ ਵੀਡੀਓਜ਼ ਅਜੇ ਥੋੜ੍ਹੀਆਂ ਜਿਹੀਆਂ ਮੈਂ ਰੋਕ ਦਿੱਤੀਆਂ ਆ ਜਿਹੜੀ ਪਿੰਡਾਂ ਪੁੰਡਾਂ ਦੀ ਹਿਸਟਰੀ ਬਾਰੇ ਬਣਾ ਰਿਹਾ ਸੀ ਅਤੇ ਕਿਉਂਕਿ ਕੋਵਿਡ ਕਰਕੇ ਨਾ ਥੋੜ੍ਹੀਆਂ ਰਿਸਟ੍ਰਿਕਸ਼ਨਸ ਹੈ। ਚਲੋ ਦੇਖਦੇ ਹਾਂ ਜੇ ਇੱਕ ਅੱਧੀ ਬਣ ਕੇ ਤਾਂ ਮੈਂ ਦਿਖਾ ਦਾਂਗਾ ਹਾਲ ਦੀ ਘੜੀ ਰੁਕਿਆ ਹੋਇਆ ਹੈ। ਚਲੋ ਮੈਂ ਵੀਡੀਓ ਇੱਥੇ ਸਮਾਪਤ ਕਰਦਾ ਹਾਂ। ਧੰਨਵਾਦ ਮੇਰੀ ਵੀਡੀਓ ਦੇਖਣ ਲਈ। ਰੱਬ ਰਾਖਾ।